ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ। ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ 20 ਦਸੰਬਰ ਨੂੰ ਹੁਸ਼ਿਆਰਪੁਰ ਦੇ ਪਿੰਡ ਮਹਿਲਾਵਾਰੀ ਦੇ ਨਜ਼ਦੀਕ ਸਥਿਤ ਵਿਪਸ਼ਨਾ ਮੈਡੀਟੇਸ਼ਨ ਸੈਂਟਰ ਪਹੁੰਚ ਰਹੇ ਨੇ। ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸੀਐਮ ਦਿੱਲੀ ਦੇ ਜੋ ਸੀਐਮ ਕੇਜਰੀਵਾਲ ਨੇ ਉਹ ਅੱਜ ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਪਹੁੰਚਣ ਵਾਲੇ ਨੇ। ਰਾਤ 8 ਵਜੇ ਦੇ ਆਸ ਪਾਸ ਦਾ ਉਹਨਾਂ ਦਾ ਪ੍ਰੋਗਰਾਮ ਹੈ ਅਤੇ ਉਹਨਾਂ ਦੀ ਇਸ ਫੇਰੀ ਤੋਂ ਪਹਿਲਾਂ ਜੋ ਮੈਡੀਟੇਸ਼ਨ ਸੈਂਟਰ ਹੈ ਉਸ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਸਿਕਿਉਰਿਟੀ ਚੈਕਿੰਗ ਬਕਾਇਦਾ ਹੋ ਰਹੀ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਵਿਪਸ਼ਨਾ ਮੈਡੀਟੇਸ਼ਨ ਸੈਂਟਰ ਦੀਆਂ, ਜਿੱਥੇ ਕਿ ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਤ ਕੀਤੇ ਜਾ ਰਹੇ ਨੇ, ਚੈਕਿੰਗ ਕੀਤੀ ਜਾ ਰਹੀ ਹੈ। ਸੋ ਅਰਵਿੰਦ ਕੇਜਰੀਵਾਲ ਅੱਜ ਜੋ ਮੈਡੀਟੇਸ਼ਨ ਸੈਂਟਰ ਹੁਸ਼ਿਆਰਪੁਰ ਦੇ ਪਿੰਡ ਮਹਿਲਾਵਾਲੀ ਦੇ ਨਜ਼ਦੀਕ ਸਥਿਤ ਹੈ ਉੱਥੇ ਪਹੁੰਚਣ ਵਾਲੇ ਨੇ। ਰਾਤ 8 ਵਜੇ ਦੇ ਕਰੀਬ ਉਹਨਾਂ ਦੇ ਆਉਣ ਦਾ ਪ੍ਰੋਗਰਾਮ ਹੈ ਉੱਥੇ ਹੀ। ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਇਸ ਫੇਰੀ ਤੋਂ ਪਹਿਲਾਂ, ਜੋ ਇਸ ਮੈਡੀਟੇਸ਼ਨ ਸੈਂਟਰ ਆਉਣ ਤੋਂ ਪਹਿਲਾਂ, ਭਾਜਪਾ ਆਗੂ ਦੇ ਵੱਲੋਂ ਵੀ ਨਿਸ਼ਾਨਾ ਸਾਧਿਆ ਗਿਆ ਕੇਜਰੀਵਾਲ ਦੇ ਉੱਪਰ। ਹੁਸ਼ਿਆਰਪੁਰ ਦੇ ਜੋ ਭਾਜਪਾ ਆਗੂ ਨੇ ਤਿਕਸ਼ਨ ਸੂਦ, ਉਹਨਾਂ ਨੇ ਨਿਸ਼ਾਨਾ ਸਾਧਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਈਡੀ ਤੋਂ ਬਚਣ ਦੇ ਮਾਰੇ ਜੋ ਕੇਜਰੀਵਾਲ ਹੈ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਡੇਰੇ ਲਾਏ ਹੋਏ ਨੇ। ਮੈਡੀਟੇਸ਼ਨ ਕਰਨ ਆ ਰਿਹਾ, ਅੱਛੀ ਗੱਲ ਆ, ਧਿਆਨ ਲਾਉਣਾ ਕੋਈ ਅੱਛੀ ਗੱਲ ਹੁੰਦੀ ਆ। ਇੰਟਰੋਸਪੈਕਸ਼ਨ ਹੋਏਗੀ ਵੀ ਮੈਂ ਕੀ ਕੀਤਾ ਠੀਕ, ਕੀ ਨਹੀਂ ਠੀਕ ਕੀਤਾ ਹੁਣ ਤੱਕ, ਅਤੇ ਉਹ ਜ਼ਰੂਰ ਵਿਚਾਰ ਕਰਨਗੇ ਵੀ ਦਿੱਲੀ ਦੇ ਵਿੱਚ ਜੋ ਕੁਛ ਵੀ ਉਹਨਾਂ ਨੇ ਕੀਤਾ, ਚਾਹੇ ਐਕਸਾਈਜ਼ ਪੋਲਿਸੀ ਹੈ ਜਾਂ ਕੁਛ ਵੀ ਹੈ। ਬਾਕੀ ਈਡੀ ਦੇ ਸਮਨ ਤਾਂ ਉੱਥੇ ਉਹਨਾਂ ਨੂੰ ਪੇਸ਼ ਹੋਣਾ ਹੀ ਪਏਗਾ ਈਡੀ ਦੇ ਸਮਨ। ਓਬੀਅਸਲੀ ਜਿਹੜੇ ਲੋਕ ਕਹਿੰਦੇ ਸੀ ਵੀ ਆਈਪੀ, ਮੈਂ ਦੋ ਕਮਰਿਆਂ ਦੇ ਮਕਾਨ 'ਚ ਰਹੂੰਗਾ, ਮੈਂ ਕੋਈ ਸਿਕਿਉਰਿਟੀ ਨਹੀਂ ਲਾਊਂਗਾ, ਹੁਣ ਲੋਕਾਂ ਸਾਹਮਣੇ ਆਪ ਹੀ ਨੰਗੇ ਹੋ ਰਹੇ ਆ, ਲੋਕਾਂ ਦੇ ਸਾਹਮਣੇ ਆਪ ਹੀ ਡਿਸਪਲੇ ਹੋ ਰਿਹਾ ਉਹਨਾਂ ਦਾ ਕੀ ਕਥਨੀ ਉਹ ਕਰਨੇ 'ਚ ਕਿੰਨਾ ਫਰਕ ਸੀ। ਉਹ ਤਾਂ ਹੁਣ ਕਿਤੇ ਲੁਕਿਆ ਛੁਪਿਆ ਹੈ ਹੀ ਨਹੀਂ। ਇਕੱਲੇ ਇਹ ਲੋਕ ਜਿਹੜੇ ਸੀਐਮ ਬਣ ਲੈਵਲ 'ਤੇ ਪਹੁੰਚ ਗਏ, ਇਹੀ ਕਹਿੰਦੇ ਸੀ ਅਸੀਂ ਨਹੀਂ ਲਵਾਂਗੇ ਕੋਈ ਸਿਕਿਉਰਿਟੀ ਦੇ ਕੋਈ ਮਕਾਨ, ਉਹਨਾਂ ਦੇ ਰਿਸ਼ਤੇਦਾਰ ਲਈ ਫਿਰਦੇ ਆ। ਸੋ ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਪਹੁੰਚਣ ਵਾਲੇ ਨੇ। ਹਾਲਾਂਕਿ ਕਿਆ ਸਰਾਈਆਂ ਨੇ ਕਿ ਇਸ ਦੌਰਾਨ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਹੋ ਸਕਦੇ ਨੇ, ਪਰ ਇਸ ਸੰਬੰਧੀ ਕੋਈ ਪੁਸ਼ਟੀ ਨਹੀਂ ਹੋਈ। ਪਰ ਹਾਂ, ਕੇਜਰੀਵਾਲ ਜ਼ਰੂਰ ਇਸ ਮੈਡੀਟੇਸ਼ਨ ਸੈਂਟਰ ਦੇ ਵਿੱਚ ਆ ਰਹੇ ਨੇ। ਦੱਸ ਦਈਏ ਕਿ ਈਡੀ ਦੇ ਵੱਲੋਂ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ, ਇਸ ਕਥਿਤ ਘੁਟਾਲੇ ਮਾਮਲੇ ਦੇ ਵਿੱਚ ਜੋ ਸੀਐਮ ਕੇਜਰੀਵਾਲ ਹੈ ਉਹਨਾਂ ਨੂੰ ਸੰਮਨ ਕੀਤੇ ਗਏ ਨੇ। 21 ਦਸੰਬਰ ਯਾਨੀ ਕਿ ਕੱਲ੍ਹ ਦੇ ਲਈ ਉਹਨਾਂ ਨੂੰ ਤਲਬ ਕੀਤਾ ਗਿਆ, ਠੀਕ ਉਸ ਤੋਂ ਇੱਕ ਦਿਨ ਪਹਿਲਾਂ। ਅੱਜ ਉਹਨਾਂ ਦੇ ਵੱਲੋਂ ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਆਉਣਾ, ਅਤੇ ਕਿਹਾ ਜਾ ਰਿਹਾ ਕਿ ਹੁਸ਼ਿਆਰਪੁਰ ਦੇ ਵਿੱਚ ਕੇਜਰੀਵਾਲ 10 ਦਿਨਾਂ ਤੱਕ ਰਹਿਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਵਿੱਚ ਕੇਜਰੀਵਾਲ 10 ਦਿਨਾਂ ਤੱਕ ਰਹਿਣਗੇ, ਅਤੇ ਹੁਣ ਕਿਹਾ ਜਾ ਰਿਹਾ ਕਿ ਈਡੀ ਦੇ ਸੰਮਨਾਂ ਤੋਂ ਬਚਦੇ ਹੋਏ, ਜੋ ਭਾਜਪਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਹੁਸ਼ਿਆਰਪੁਰ 'ਚ ਡੇਰੇ ਲਗਾਏ ਗਏ ਨੇ। ਹੁਣ ਦੇਖਣਾ ਹੋਏਗਾ ਕਿ 21 ਦਸੰਬਰ ਯਾਨੀ ਕਿ ਕੱਲ੍ਹ ਜੋ ਈਡੀ ਦੇ ਵੱਲੋਂ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਜੋ ਕੇਜਰੀਵਾਲ ਨੂੰ ਤਲਬ ਕੀਤਾ ਗਿਆ ਉਹ ਉੱਥੇ ਪੇਸ਼ ਹੁੰਦੇ ਹਨ ਜਾਂ ਨਹੀਂ ਹੁੰਦੇ।